ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ ਤੁਸੀਂ ਸਾਰੇ? ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ। ਅਤੇ ਲਓ ਜੀ, ਇਹ ਸੁਬਾਹ ਦਾ ਟਾਈਮ ਹੈ, ਸਵੇਰ ਦੇ 2 ਵਜੇ ਦਾ। ਅਤੇ ਸਵੇਰੇ 2 ਵਜੇ ਮੈਂ ਉੱਠ ਖੜੀ ਸੀ। ਉੱਠ ਕੇ ਪਹਿਲਾਂ ਤਾਂ ਮੈਂ ਬ੍ਰੱਸ਼ ਵਗੈਰਾ ਕੀਤਾ, ਅਤੇ ਫਿਰ ਮੈਂ ਮਿੱਠਾ ਘੋਲਿਆ, ਸ਼ੱਕਰ ਵਗੈਰਾ, ਕਿਉਂਕਿ ਸਰਦਾਰ ਜੀ ਨੇ ਜਾਣਾ ਸੀ ਬਿਆਸ ਡੇਰੇ 'ਚ। ਅਤੇ ਇਸ ਲਈ ਫਿਰ ਨਾਲ ਮੈਂ ਕਿਹਾ ਭੁੱਖ, ਇੱਥੇ ਕੁਛ ਖਾ ਕੇ ਤਾਂ ਜਾਣਾ ਨਹੀਂ ਹੈਗਾ, ਅਤੇ ਮੈਂ ਕਿਹਾ ਨਾਲ ਚੱਲ ਮੈਂ ਮਿੱਠੀਆਂ ਰੋਟੀਆਂ ਲਾ ਦੂੰਗੀ। ਅਤੇ ਇਸ ਲਈ ਫਿਰ ਮੈਂ ਮਿੱਠੀ ਮਤਲਬ ਕਿ ਸ਼ੱਕਰ ਵਗੈਰਾ ਘੋਲ ਲਈ ਸੀ ਕੋਸਾ ਪਾਣੀ ਕਰਕੇ, ਅਤੇ ਸ਼ੱਕਰ ਜਲਦੀ ਘੁਲ ਜਾਂਦੀ ਆ। ਅਤੇ ਹੁਣ ਮੈਂ ਗੁੰਦੀ ਆਟਾ, ਅਤੇ ਥੋੜ੍ਹਾ ਜਿਹਾ ਪਾਊਂਗੀ ਮੈਂ ਇਹਦੇ ਵਿੱਚ ਮਿੱਠਾ ਸੋਡਾ, ਮਿੱਠਾ ਸੋਡਾ ਪਾ ਕੇ ਸਾਰਾ ਮਿਕਸ ਕਰ ਲੂੰਗੀ ਮੈਂ। ਅਤੇ ਆਟਾ ਗੁੰਨ ਕੇ ਫਿਰ ਮੈਂ ਇਹ ਰੱਖ ਦੂੰ ਮੈਂ 10 ਮਿੰਟ। ਅਤੇ ਮੈਨੂੰ ਥੋੜ੍ਹਾ ਜਿਹਾ ਘੱਟ ਲੱਗਿਆ ਮਿੱਠਾ ਸੋਡਾ, ਇਸ ਲਈ ਫਿਰ ਮੈਂ ਦੁਬਾਰਾ ਹੋਰ ਪਾਤਾ। ਅਤੇ ਲਓ ਜੀ, ਹੁਣ ਮੈਂ ਗੁੰਨਦੀ ਹਾਂ ਆਟਾ, ਕਿਉਂਕਿ ਰੋਟੀਆਂ ਮੈਂ ਸਾਰੀਆਂ 4 ਨਾਲ ਲਿਜਾਣੀਆਂ ਸੀਆਂ, 2 ਮੈਂ ਖਾਣ ਨੂੰ ਲਾ ਕੇ ਦੇਣੀਆਂ ਸੀ, ਵੀ ਜੇ ਖਾਣੀ ਹੋਊ ਖਾ ਲੈਣਗੇ, ਤਾਂ ਨਹੀਂ ਤਾਂ ਫਿਰ ਸਿੰਮੂ ਖਾ ਲਊ ਸੁਬਾਹ। ਅਤੇ ਲਓ ਜੀ, ਮੈਂ ਆਟਾ ਗੁੰਨੀ ਜਾਂਦੀ ਹਾਂ। ਹੁਣ ਆਟਾ ਮੈਂ ਮਤਲਬ ਕਿ ਕੋਸੇ ਜਿਹੇ ਪਾਣੀ ਨਾਲ ਵਧੀਆ ਗੁੰਨਿਆ ਜਾਂਦਾ, ਜੇ ਜ਼ਿਆਦਾ ਠੰਡਾ ਪਾਣੀ ਹੋਵੇ ਫਿਰ ਆਟਾ ਬਿਲਕੁਲ ਕੈੜਾ ਹੋ ਜਾਂਦਾ, ਉਹਦੇ ਨਾਲ ਰੋਟੀ ਬਿਲਕੁਲ ਸੁੱਕ ਕੇ ਆਉਂਦੀ ਆ। ਅਤੇ ਜੇ ਮਾੜਾ ਜਿਹਾ ਕੋਸਿਆ ਜਿਹਾ ਪਾਣੀ ਹੋਵੇ ਫਿਰ ਆਟਾ ਪੂਰਾ ਵਧੀਆ ਮੁਲਾਇਮ ਮੁਲਾਇਮ ਹੋ ਜਾਂਦਾ। ਅਤੇ ਲਓ ਜੀ, ਆਪਾਂ ਨੇ ਆਟਾ ਦਿੱਤਾ ਗੁੰਨ, ਅਤੇ ਹੁਣ ਮੈਂ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਕੇ, ਅਤੇ ਸਮਾਰ ਕੇ ਇਹਨੂੰ ਮਤਲਬ ਕਿ ਮੁੱਕੀ ਦੇ ਲੂੰਗੀ, ਅਤੇ ਜਿਹਦੇ ਨਾਲ ਆਪਣੀ ਰੋਟੀ ਪੂਰੀ ਵਧੀਆ ਆ ਜਾਏ। ਅਤੇ ਲਓ ਜੀ, ਆਟਾ ਰੱਖ ਦਿੱਤਾ ਆਪਾਂ ਗੁੰਨ ਕੇ, ਅਤੇ ਹੁਣ ਮੈਂ ਚੱਲੀ ਹਾਂ ਬਾਹਰ। ਅਤੇ ਮੈਂ ਕਿਹਾ ਚੱਲ ਇੰਨਾ ਮੈਂ ਨਹਾ ਨਹੂ ਲੈਂਦੀ ਹਾਂ, ਅਤੇ ਨਹਾ ਕੇ ਫਿਰ ਰੋਟੀ ਲਾ ਦੇਵਾਂਗੀ। ਅਤੇ ਲਓ ਜੀ, ਇੱਧਰ ਆਪਾਂ ਨਹਾ ਆਏ ਸੀ, ਅਤੇ ਹੁਣ ਮੈਂ ਧਰਤੀ ਇੱਕ ਪਾਸੇ ਡੱਬੂ 'ਚ ਚਾਹ ਧਰ ਕੇ, ਅਤੇ ਦੂਜੇ ਪਾਸੇ ਮੈਂ ਲੱਗ ਜੂੰਗੀ ਰੋਟੀ, ਕਿਉਂਕਿ ਸਰਦਾਰ ਜੀਆਂ ਨੇ ਜਲਦੀ ਤੁਰਨਾ ਸੀ। ਜੇ ਸਰਦਾਰ ਜੀ ਮਤਲਬ ਕਿ ਲੇਟ ਹੋ ਜਾਂਦੇ ਫਿਰ ਇਹਨਾਂ ਤੋਂ ਸਤਸੰਗ ਨਹੀਂ ਸੀ ਸੁਣਿਆ ਜਾਣਾ, ਅਤੇ ਇਸ ਲਈ ਟਾਈਮ 'ਤੇ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਅਤੇ ਲਓ ਜੀ, ਆਪਣੀ ਇੱਧਰ ਚਾਹ ਵੀ ਬਣੀ ਜਾਂਦੀ ਆ, ਅਤੇ ਮੈਂ ਫਰਿੱਜ 'ਚੋਂ ਹੁਣ ਦੁੱਧ ਕੱਢ ਲਵਾਂ ਚਾਹ ਦੇ ਵਿੱਚ ਪਾਉਣ ਨੂੰ। ਅਤੇ ਲਓ, ਚਾਹ ਬਣ ਗਈ ਆਪਣੀ, ਮੈਂ ਦੁੱਧ ਪਾ ਤਾ ਫਰਿੱਜ ਮਤਲਬ ਕਿ ਤੁਸਕ ਦੇ ਵਿੱਚੋਂ। ਅਤੇ ਹੁਣ ਮੈਂ ਤਵਾ ਵਗੈਰਾ ਧੋ ਲਿਆਉਂਦੀ ਹਾਂ, ਤਵਾ ਮਾਂਝ ਲੈਂਦੀ ਹਾਂ, ਅਤੇ ਫਿਰ ਬਣਾਉਂਦੇ ਹਾਂ ਆਪਾਂ ਰੋਟੀ। ਅਤੇ ਲਓ ਜੀ, ਆਪਾਂ ਤਵਾ ਮਾਂਝ ਲਿਆ ਵੇ, ਇੱਧਰ ਧਰ ਲਿਆ ਮੈਂ ਤਵਾ, ਅਤੇ ਗੈਸ ਕਰ ਦਿੱਤਾ ਚਾਹ ਵਾਲਾ ਬੰਦ, ਚਾਹ ਆਪਣੀ ਹੋ ਗਈ ਰੈਡੀ। ਅਤੇ ਹੁਣ ਮੈਂ ਫਟਾਫਟ ਲਾ ਦਿੰਦੀ ਹਾਂ ਰੋਟੀ, ਮਿੱਠੀਆਂ ਰੋਟੀਆਂ ਮਤਲਬ ਕਿ ਟੇਸਟੀ ਤਾਂ ਬਹੁਤ ਜ਼ਿਆਦਾ ਲੱਗਦੀਆਂ ਨੇ, ਅਤੇ ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟ ਨੇ, ਪੁਦੀਨੇ ਚਟਨੀ ਨਾਲ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ। ਅਤੇ ਪਰ ਸਰਦਾਰ ਜੀਆਂ ਨੇ ਲਿਜਾਣੀ ਸੀ ਇਹ ਰੋਟੀ ਅੰਬ ਦੇ ਅਚਾਰ ਨਾਲ ਜਾਂ ਨਿੰਬੂ ਦੇ ਅਚਾਰ ਨਾਲ। ਅੰਬ ਦਾ ਅਚਾਰ ਫਿਰ ਮੈਂ ਪਾਇਆ ਨਹੀਂ ਹੈਗਾ, ਅਤੇ ਫਿਰ ਮੈਂ ਨਿੰਬੂ ਦੇ ਅਚਾਰ ਨਾਲ ਹੀ ਮੈਂ ਕਿਹਾ ਚੱਲ ਲੈ ਜਾਣਗੇ। ਅਤੇ 4 ਕਰੋਟੀਆਂ ਮੈਂ ਨਾਲ ਲਿਜਾਣ ਨੂੰ ਲਾਤੀਆਂ, ਅਤੇ 2 ਕਰੋਟੀਆਂ ਮੈਂ ਖਾਣ ਵਾਸਤੇ ਲਾਤੀਆਂ। ਅਤੇ ਲਓ ਜੀ, ਰੋਟੀਆਂ ਆਪਣੀਆਂ ਬਣੀ ਜਾਂਦੀਆਂ ਨੇ। ਅਤੇ ਇੱਧਰ ਮਨਿੰਦਰ ਆਇਆ ਸੀ, ਮੰਮਾ ਕੱਪੜੇ ਕਿਹੜੇ ਪਾਵਾਂ? ਅਤੇ ਨਾਲੇ ਮੈਂ ਕਿਹਾ ਸੇਮ ਪ੍ਰੈਸ ਕਰੇ ਪਏ ਨੇ ਕੁੜਤਾ ਪਜਾਮਾ, ਚੱਲ ਉਹ ਭਾਅ ਜੀ ਸਰਦਾਰ ਜੀ ਵੀ ਨੂੰ ਕਿਹਾ ਵੀ ਚਿੱਟਾ ਕੁੜਤਾ ਪਜਾਮਾ ਹੀ ਪਾ ਜਾਣਗੇ, ਸਰਦਾਰ ਜੀ ਵੀ ਨਾਲੇ ਸੀ। ਅਤੇ ਮੈਂ ਫਟਾਫਟ ਬਸ ਫਿਰ ਰੋਟੀ ਬਣਾ ਕੇ ਇਹਨਾਂ ਨੂੰ ਟੀਫਨ ਦੇ ਵਿੱਚ ਠੰਡੀ ਕਰਨ ਵਾਸਤੇ ਰੱਖਤੀ ਸੀ, ਕਿਉਂਕਿ ਜੇ ਆਪਾਂ ਟੀਫਨ ਦੇ ਵਿੱਚ ਗਰਮ ਰੋਟੀ ਪਾਵਾਂਗੇ ਤਾਂ ਮਤਲਬ ਕਿ ਰੋਟੀ ਗਿੱਲੀ ਹੋ ਜਾਣੀ, ਇਸ ਲਈ ਮੈਂ ਠੰਡੀ ਕਰਨੀ ਥਾਲ ਦੇ ਵਿੱਚ ਇੱਕ ਪਾਸੇ ਰੱਖੀ ਜਾਂਦੀ ਸੀ। ਅਤੇ ਖਾਣ ਵਾਲੀਆਂ ਮੈਂ ਲਾ ਕੇ ਸਰਦਾਰ ਜੀਆਂ ਨੂੰ ਮੈਂ ਕਿਹਾ ਦੇ ਦੂੰਗੀ ਚੱਲ ਚਾਹ ਨਾਲ। ਅਤੇ ਇੱਧਰ ਆਪਣੀ ਰੋਟੀ ਵੀ ਬਣ ਗਈ ਆ, ਅਤੇ ਹੁਣ ਬਸ ਬਾਕੀ ਜਿਹੜਾ ਮਤਲਬ ਕਿ ਜਿੰਨੀਆਂ ਕੁ ਰੋਟੀਆਂ ਲਾਉਣੀਆਂ ਨੇ ਉਨੀਆਂ ਕੁ ਮੈਂ ਲਾ ਲੂੰਗੀ, ਬਾਕੀ ਮੈਂ ਆਟਾ ਚੱਕ ਦੂੰਗੀ ਅਤੇ ਸਵੇਰੇ ਲਾ ਲਵਾਂਗੇ। ਮੈਂ ਕਿਹਾ ਸਿਮਰਨ ਨਰਮ ਹੀ ਆ, ਸਵੇਰੇ ਮਿੱਠੀਆਂ ਰੋਟੀ ਲਾ ਲਵਾਂਗੇ, ਸਿਮਰਨ ਵੀ ਖੁਸ਼ ਹੋ ਜਾਂਦਾ ਰੋਟੀ ਖਾ ਕੇ। ਸਿਮਰਨ ਤਾਂ ਅੰਬ ਦੇ ਅਚਾਰ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ, ਮਿੱਠੀ ਰੋਟੀ ਚਾਹ ਨਾਲ ਅੰਬ ਦਾ ਅਚਾਰ ਹੋਵੇ। ਅਤੇ ਚਟਨੀ ਮੈਂ ਕੀਤੀ ਨਹੀਂ ਸੀ, ਅਤੇ ਮੈਂ ਕਿਹਾ ਚੱਲ ਚਾਰ ਨਾਲ ਹੀ ਖਾ ਲਵਾਂਗੇ। ਅਤੇ ਲਓ ਜੀ, ਆਪਣੀਆਂ ਟਿਫਨ ਵਾਲੀਆਂ ਰੋਟੀਆਂ ਤਾਂ ਬਣ ਗਈਆਂ ਨੇ, ਅਤੇ ਹੁਣ ਮੈਂ ਲਾ ਰਹੀ ਹਾਂ ਖਾਣ ਵਾਲੀਆਂ ਰੋਟੀਆਂ। ਖਾਣ ਵਾਲੀ ਰੋਟੀ ਵੀ ਆਪਣੀ ਬਣ ਗਈ ਆ, ਅਤੇ ਬਸ ਇਹ ਲਾਸਟ ਰੋਟੀ ਹੈ, ਅਤੇ ਘਿਓ ਲਾ ਕੇ ਅਤੇ ਰੱਖ ਦਿੰਦੀ ਹਾਂ। ਅਤੇ ਲਓ ਜੀ, ਰੋਟੀ ਆਪਣੀ ਇਹ ਵੀ ਰੜ ਗਈ ਆ, ਅਤੇ ਗੈਸ ਦਿੱਤਾ ਕਰ ਦਿੱਤਾ ਬੰਦ। ਲਓ ਜੀ, ਟੀਫਨ ਵਾਲੀ ਰੋਟੀ ਆਪਾਂ ਪੈਕ ਕਰ ਦਿੱਤੀ ਆ, ਅਤੇ ਇਹ ਮੈਂ ਇੱਕ ਪਾਸੇ ਪਾਤਾ ਅਚਾਰ ਨਿੰਬੂ ਦਾ, ਅਤੇ ਹੁਣ ਮੈਂ ਸਰਦਾਰ ਜੀ ਨੂੰ ਚਾਹ ਪਾ ਕੇ ਲੈ ਜਾਂਦੀ ਅੰਦਰ, ਅਤੇ ਚਾਹ ਪਾ ਕੇ ਕੱਪਾਂ ਦੇ ਵਿੱਚ ਨਾਲ ਰੋਟੀ ਲੈ ਜਾਂਦੀ ਹਾਂ। ਅਤੇ ਦੋਵੇਂ ਮਤਲਬ ਕਿ ਮਨਿੰਦਰ ਅਤੇ ਸਰਦਾਰ ਜੀ ਰੋਟੀ ਖਾਈ ਜਾਂਦੇ ਨੇ, ਇੱਧਰ ਮੈਂ ਚਾਹ ਪਾ ਕੇ ਦੇਤੀ ਸੀ ਨਾਲ।
ਅੱਧੀ ਅੱਧੀ ਰੋਟੀ ਖਾਧੀ ਇਹਨਾਂ ਨੇ। ਕਹਿੰਦੇ ਸਵੇਰ ਦੇ ਟਾਈਮ ਭੁੱਖ ਨਹੀਂ ਹੁੰਦੀ, ਗੱਲ ਤਾਂ ਸਹੀ ਹੈ, ਸਵੇਰ ਦੇ ਟਾਈਮ ਭੁੱਖ ਘੱਟ ਲੱਗਦੀ ਹੈ, ਇਸ ਲਈ ਫਿਰ ਮੈਂ ਦੋਨਾਂ ਨੂੰ ਰੋਟੀ ਮਤਲਬ ਕਿ ਇੱਕ ਰੋਟੀ ਦੇ ਵਿੱਚੋਂ ਅੱਧੀ ਅੱਧੀ ਖਾਧੀ ਆ। ਅਤੇ ਲਓ ਜੀ ਤਿਆਰੀ ਇਹਨਾਂ ਦੀ ਹੋ ਗਈ ਜਾਣ ਵਾਸਤੇ। ਅਤੇ ਹੁਣ ਸਰਦਾਰ ਜੀ ਤਿਆਰ ਨੇ ਮਤਲਬ ਤਿਆਰ ਹੋ ਗਏ ਸੀ, ਅਮਰਿੰਦਰ ਵੀ ਤਿਆਰ ਸੀ। ਮੈਂ ਇਹਨਾਂ ਨੂੰ ਪਾਣੀ ਦੀ ਬੋਤਲ ਪਾ ਦੇਣੀ ਹੈ, ਮੈਂ ਕਿਹਾ ਚੱਲ ਉੱਥੇ ਰਸਤੇ ਦੇ ਵਿੱਚ ਕਈ ਵਾਰ ਪਾਣੀ ਦੀ ਜ਼ਰੂਰਤ ਪੈ ਜਾਂਦੀ ਆ। ਅਤੇ ਪਾਣੀ ਪਾ ਤਾ ਬੋਤਲ ਦੇ ਵਿੱਚ, ਅਤੇ ਰੁਮਾਲਾ ਵਗੈਰਾ ਕੱਢ ਕੇ ਰੱਖ ਦਿੱਤੀਆਂ ਨੇ। ਅਤੇ ਆ ਦੇਖੋ ਬੋਤਲ ਵੀ ਮੈਂ ਸਾਈਡ ਦੇ ਪਾਸੇ ਪਾ ਦਿੰਦੀ ਹਾਂ ਬੈਗ 'ਚ। ਅਤੇ ਸਰਦਾਰ ਜੀ ਨੂੰ ਪੁੱਛਿਆ ਔਰਤਾਂ ਨੂੰ ਤੁਹਾਡਾ ਕੁਛ ਰਿਹਾ? ਸਰਦਾਰ ਜੀ ਕਹਿੰਦੇ ਨਹੀਂ ਬਸ ਚੱਲਦੇ ਹਾਂ। ਅਤੇ ਬਾਕੀ ਪ੍ਰਸ਼ਾਦ ਵਗੈਰਾ ਦਿੱਤਾ ਨਾਲ, ਮਤਲਬ ਕਿ ਪ੍ਰਸ਼ਾਦ ਥੋੜ੍ਹਾ ਦੇ ਤਾ ਸੀ ਸਰਦਾਰ ਜੀ ਅਤੇ ਮਨਿੰਦਰ ਨੂੰ, ਬਾਬਾ ਜੀ ਦੀ ਪ੍ਰਸ਼ਾਦੀ। ਅਤੇ ਲਓ ਜੀ ਸਰਦਾਰ ਜੀ ਨੂੰ ਬਟੂਆ ਵਗੈਰਾ ਦੇ ਤਾ, ਪੋਕਿਟ ਵਗੈਰਾ। ਅਤੇ ਚਲੋ ਜੀ ਚੱਲੇ ਨੇ ਸਰਦਾਰ ਜੀ ਹੁਣ। ਅਤੇ ਚਲੋ ਜੀ ਫਿਰ ਗੱਲ ਕਰਦੇ ਹਾਂ ਜਦੋਂ ਸਰਦਾਰ ਜੀ ਆ ਗਏ ਨੇ ਘਰ ਵਾਪਸ। ਹੁਣ ਅਸੀਂ ਜਾ ਰਹੇ ਹਾਂ ਡੇਰਾ ਬਿਆਸ ਦਰਸ਼ਨਾਂ ਵਾਸਤੇ। ਬੜੀ ਦੇਰ ਬਾਅਦ ਜਾ ਰਹੇ ਹਾਂ, ਸਾਲ 'ਚ ਇੱਕ ਅੱਧਾ ਹੀ ਗੇੜਾ ਲੱਗਦਾ। ਪਹਿਲਾਂ ਤਾਂ ਸਾਰਿਆਂ ਨੇ ਜਾਣਾ ਸੀ ਅਸੀਂ ਨੇ, ਅਤੇ ਫਿਰ ਧੂਰੀ ਤੋਂ ਬੱਸ ਜਾਣੀ ਸੀ ਉਹ ਮਿਸ ਹੋ ਗਈ। ਉਸ ਤੋਂ ਬਾਅਦ ਮੈਂ ਮਨਿੰਦਰ ਨੂੰ ਕਿਹਾ ਵੱਡੇ ਬੇਟੇ ਨੂੰ ਵੀ ਜੇ ਤੂੰ ਮੇਰੇ ਨਾਲ ਵੱਗ ਚੱਲੇਗਾ ਵੀ ਆਪਾਂ ਬਾਈਕ 'ਤੇ ਵੱਗ ਚੱਲਾਂਗੇ। ਅਤੇ ਮੈਂ ਦੂਸਰੀ ਵਾਰ ਗਿਆ ਬਾਈਕ 'ਤੇ ਜਾ ਰਿਹਾ। ਪਹਿਲਾਂ ਮੈਂ 7-8 ਸਾਲ ਪਹਿਲਾਂ ਗਿਆ ਸੀ, ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ ਸੀ ਕਾਰਪੈਂਟਰ ਦਾ, ਉਹ ਗਏ ਅਸੀਂ 2 ਵਜੇ ਚੱਲੇ ਸੀ। ਅਤੇ ਹੁਣ ਅਸੀਂ ਆ ਪਹੁੰਚ ਗਏ ਜਲੰਧਰ। ਰਸਤੇ ਵਿੱਚ ਬਾਰਿਸ਼ ਸਾਨੂੰ 2-3 ਵਾਰ ਆਈ। ਜਲੰਧਰ ਦੇ ਸਤਸੰਗ ਘਰ 'ਤੇ ਪਹੁੰਚ ਗਏ, ਉੱਥੇ ਚਾਹ ਪਾਣੀ ਪੀ ਲਏ, ਨਾਲੇ ਮੋਟਰਸਾਈਕਲ ਦੀ ਰੈਸਟ ਕਰਵਾਈ ਆ ਵੀ ਜ਼ਰਾ ਮੋਟਰਸਾਈਕਲ ਨੂੰ ਰੈਸਟ ਹੋ ਜਾਵੇ। ਹੁਣ ਬਾਰਿਸ਼ ਥੋੜ੍ਹੀ ਜਿਹੀ ਘੱਟ ਆ ਰਹੀ ਸੀ, ਅਸੀਂ ਫਿਰ ਤੁਰ ਪਏ ਵੀ ਚਲੋ ਜਾਂਦੇ ਹਾਂ, ਸਤਸੰਗ ਦਾ ਟਾਈਮ ਹੋ ਜੂਗਾ। ਅਤੇ ਇੱਥੇ ਬਹੁਤ ਹੀ ਸੇਵਾ ਕੀਤੀ ਜਾਂਦੀ ਆ, ਸੰਗਤਾਂ ਦੂਰੋਂ ਦੂਰੋਂ ਆ ਕੇ ਇੱਥੇ ਰੈਸਟ ਵੀ ਕਰਦੀਆਂ ਨੇ ਅਤੇ ਚਾਹ ਪਾਣੀ ਦਾ ਲੰਗਰ ਤਿਆਰ ਕਰਿਆ ਜਾਂਦਾ। ਇੱਧਰ ਗੱਡੀਆਂ ਖੜ੍ਹੀਆਂ ਨੇ ਅਤੇ ਬਾਈਕ ਵਗੈਰਾ ਉਹ ਸਾਹਮਣੇ ਖੜ੍ਹੇ ਨੇ। ਇੱਥੋਂ ਅਸੀਂ ਹੁਣ ਬਾਈਕ ਲੈ ਕੇ ਅਤੇ ਬਾਹਰੇ ਰੋਡ 'ਤੇ ਜਾਵਾਂਗੇ। ਫਿਰ ਅੱਗੇ ਜਾ ਕੇ ਜੇ ਰਸਤੇ ਦੀ ਵੀਡੀਓ ਬਣੀ ਕੋਈ ਨਾ ਹੋਇਆ ਤਾਂ, ਬਾਰਿਸ਼ ਵਗੈਰਾ ਨਾ ਹੋਈ ਤਾਂ ਅਸੀਂ ਤੁਹਾਨੂੰ ਵੀ ਦਿਖਾਵਾਂਗੇ। ਬਾਕੀ ਮੌਸਮ ਤਾਂ ਥੋੜ੍ਹਾ ਜ਼ਿਆਦਾ ਖਰਾਬ ਹੀ ਸੀ, ਸਾਨੂੰ ਐਂ ਸੀ ਵੀ ਅਸੀਂ ਟਾਈਮ ਨਾਲ ਪਹੁੰਚ ਜਾਈਏ। ਆਹ ਡੇਰੇ ਦੇ ਅੰਦਰ ਅਸੀਂ ਐਂਟਰ ਬਾਹਰ ਐਂਟਰ ਹੋ ਰਹੇ ਹਾਂ ਮੇਨ ਗੇਟ ਤੋਂ, ਮੇਨ ਰੋਡ ਤੋਂ ਗੇਟ ਅੱਗੇ ਆਊਗਾ। ਅਤੇ ਰਸਤੇ ਦੀ ਵੀਡੀਓ ਮੈਂ ਕਿਹਾ ਜਰਾ ਮਨਿੰਦਰ ਨੂੰ ਕਿਹਾ ਵੀ ਚਲ ਬਣਾ ਲਾਵੇ ਤੂੰ। ਇੱਥੋਂ ਪਹਿਲਾਂ ਹੀ ਸਿਕਿਉਰਟੀ ਵਾਲੇ ਪਹਿਲਾਂ ਹੀ ਖੜ੍ਹੇ ਹੁੰਦੇ ਨੇ, ਉਹ ਦੱਸ ਦਿੰਦੇ ਨੇ ਵੀ ਭਾਈ ਅਸੀਂ ਇੱਧਰ ਜਾਣਾ ਇੱਧਰ ਜਾਣਾ। ਜੇ ਪਹਿਲੀ ਵਾਰ ਵੀ ਕੋਈ ਜਾਂਦਾ ਅਣਜਾਣ ਜਾਂਦਾ ਹੈ ਨਾ, ਉਹਨੂੰ ਐਂ ਕੋਈ ਹੈਜੀਟੇਸ਼ਨ ਨਹੀਂ ਹੁੰਦੀ ਵੀ ਮੈਨੂੰ ਝਿਜਕ ਨਹੀਂ ਹੁੰਦੀ ਵੀ ਮੈਨੂੰ ਕਿੱਧਰ ਨੂੰ ਜਾਣਾ ਪਊਗਾ। ਉਹ ਸੇਵਾਦਾਰ ਸਾਰੇ ਜਗ੍ਹਾ ਜਗ੍ਹਾ 'ਤੇ ਖੜ੍ਹੇ ਹੁੰਦੇ ਨੇ, ਉਹ ਦੱਸ ਦਿੰਦੇ ਨੇ ਵੀ ਬਾਈਕ ਵਗੈਰਾ ਇੱਧਰ ਲਗਾਉਣੀ ਆ, ਕਾਰ ਵਗੈਰਾ ਇੱਧਰ ਲਗਾਉਣੀ ਆ। ਪੂਰੀ ਸੰਗਤ ਦਾ ਰਸ਼, ਕਈ ਰਾਹ ਨੇ ਅੰਦਰ ਜਾਣ ਦੇ, ਅਤੇ ਅਲੱਗ ਅਲੱਗ ਰਾਹਾਂ ਰਾਹੀਂ ਅਲੱਗ ਅਲੱਗ ਸੰਗਤਾਂ ਨੂੰ ਅੰਦਰ ਭੇਜਿਆ ਜਾਂਦਾ। ਆ ਦਰਿਆ ਦੇ ਨਾਲ ਰਸਤਾ ਬਣਾਇਆ ਹੋਇਆ, ਹੁਣ ਬਾਹਰੋਂ ਬਾਹਰ ਜਾ ਕੇ ਅਸੀਂ ਸਾਨੂੰ ਇੱਕ ਗੇਟ ਰਾਹੀਂ ਅੰਦਰ ਕਰਨਗੇ। 5 ਨੰਬਰ ਗੇਟ ਰਾਹੀਂ ਐਂਟਰ ਹੁੰਦੇ ਨੇ ਜ਼ਿਆਦਾਤਰ ਸਾਰੇ, ਉੱਥੇ ਤਲਾਸੀ ਵਗੈਰਾ ਹੁੰਦੀ ਆ, ਜੋ ਆਪਣੇ ਕੋਲ ਬੈਗ ਆ ਹੈ ਨਾ ਉਹਨਾਂ ਨੂੰ ਸਕੈਨ ਕਰਕੇ ਕੈਮਰੇ ਦੁਆਰਾ ਚੈੱਕ ਕਰਿਆ ਜਾਂਦਾ। ਅਤੇ ਹੁਣ ਬਸ ਅਸੀਂ ਪਹੁੰਚਣ ਵਾਲੇ ਹਾਂ 5 ਨੰਬਰ ਗੇਟ ਕੋਲ, ਬਾਈਕ ਖੜ੍ਹਾ ਕੇ। ਇੱਥੇ ਪਾਰਕਿੰਗ ਦਾ ਬਹੁਤ ਹੀ ਵੱਡਾ ਪ੍ਰਬੰਧ ਹੈ, ਅਤੇ ਮੇਰੇ ਖਿਆਲ 'ਚ ਜੋ ਦਿਖ ਰਹੀ ਆ ਸਾਰੀ ਪਾਰਕਿੰਗ ਹੀ ਹੈ, ਬਹੁਤ ਜ਼ਿਆਦਾ ਪਾਰਕਿੰਗ ਰੱਖੀ ਜਾਂਦੀ ਆ। ਅਤੇ ਗੱਡੀਆਂ ਵਗੈਰਾ ਬੱਸਾਂ ਵਗੈਰਾ ਅਲੱਗ ਰੱਖੀਆਂ ਜਾਂਦੀਆਂ ਨੇ, ਅਤੇ ਬਾਈਕ ਇੱਕ ਸਾਈਡ। ਬਾਈਕ ਜਮ੍ਹਾਂ ਕਰਾ ਕੇ ਜਾਂ ਜੋ ਵੀ ਆਪਣੇ ਕੋਲ ਵਹੀਕਲ ਹੈ ਜਮ੍ਹਾਂ ਕਰਾ ਕੇ, ਆਪਾਂ ਨੂੰ ਇੱਕ ਅਲੱਗ ਟੋਕਨ ਦਿੱਤਾ ਜਾਂਦਾ, ਅਤੇ ਉਹ ਟੋਕਨ ਬਹੁਤ ਸੰਭਾਲ। ਅੰਦਰ ਫੋਨ ਅਲਾਊਡ ਨਹੀਂ ਸੀ, ਅਸੀਂ ਬੰਦ ਕਰਕੇ ਅੰਦਰ ਸਤਸੰਗ ਸੁਣੇ ਆਏ, ਪ੍ਰਸ਼ਾਦੇ ਵਗੈਰਾ ਲੰਗਰ ਵਗੈਰਾ ਛਕੇ ਆਏ, ਜੋ ਖਾਣਾ ਪੀਣਾ ਸੀ ਮਨਿੰਦਰ ਨੇ ਉਹ ਖਵਾ ਲਿਆ। ਅਤੇ ਹੁਣ ਅਸੀਂ ਆ ਕੇ ਬਾਹਰ ਮੋਬਾਈਲ ਕਢਵਾ ਕੇ ਪਹਿਲਾਂ ਘਰ ਫੋਨ ਕਰਿਆ ਵੀ ਅਸੀਂ ਤੁਰ ਰਹੇ ਹਾਂ। ਮਨਿੰਦਰ ਕਹਿੰਦਾ ਵੀ 1 ਵਜੇ ਤੋਂ ਪਹਿਲਾਂ 1 ਵਜੇ ਨੂੰ ਤੁਰਦੇ ਹਾਂ, ਜਿਹੜੀ ਅਸੀਂ ਨਹਾ ਨਹੁ ਕੇ ਤੁਰ ਪਏ ਸੀ ਕਿ ਉਹ ਸਵੇਰ ਦੇ ਤੁਰੇ ਸੀ, ਸੁਸਤੀ ਬਹੁਤ ਪਈ ਸੀ, 2 ਵਜੇ ਤੋਂ ਉੱਠੇ ਹੋਏ ਸੀ ਅਸੀਂ। ਅਤੇ ਹੁਣ ਅਸੀਂ ਉਹੀ ਦੁਬਾਰਾ ਪਹਿਲਾਂ ਮੋਟਰਸਾਈਕਲ ਜਮ੍ਹਾਂ ਕਰਾਇਆ ਸੀ, ਉਹੀ ਟੋਕਨ ਅਸੀਂ ਦਿਖਾ ਕੇ। ਮੋਟਰਸਾਈਕਲ ਦਾ ਨੰਬਰ ਵਗੈਰਾ ਯਾਦ ਰੱਖਣਾ ਪੈਂਦਾ ਆਪਣੇ ਵਹੀਕਲ ਦਾ। ਅਤੇ ਆਹ ਹੁਣ ਅਸੀਂ ਲੱਭ ਰਹੇ ਹਾਂ ਮੋਟਰਸਾਈਕਲ ਦਾ, ਮਨਿੰਦਰ ਨੂੰ ਲੱਗ ਗਿਆ ਪਤਾ
ਉਹ ਕਹਿੰਦਾ ਡੈਡੀ ਉਹ ਖੜਾ ਮੋਟਰਸਾਈਕਲ। ਮੈਂ ਕਿਹਾ ਚਲ ਚਲ ਜਾ ਕੇ ਦੇਖਦੇ ਹਾਂ। ਅਤੇ ਕਿਉਂ ਅਸੀਂ ਲੇਟ ਹੋ ਗਏ ਸੀ ਜਾਣ ਕੇ ਅੰਦਰ, ਰੈਸਟ ਕਰੀ, ਵਹੀਕਲ ਜ਼ਿਆਦਾਤਰ ਨਿਕਲ ਚੁੱਕੇ ਸੀ। ਅਤੇ ਸਤਸੰਗ ਤੋਂ ਤੁਰੰਤ ਬਾਅਦ ਹੀ ਸੰਗਤਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ, ਨੇੜੇ ਵਾਲੀਆਂ ਵੀ ਘਰ ਜਾ ਕੇ ਆਰਾਮ ਕਰਾਂਗੇ, ਗਰਮੀ ਬਹੁਤ ਜ਼ਿਆਦਾ ਸੀ। ਅਤੇ ਸਾਨੂੰ ਮੋਟਰਸਾਈਕਲ ਮਿਲ ਗਿਆ ਸੀ ਅਤੇ ਅਸੀਂ ਪਹੁੰਚ ਗਏ। ਅਤੇ ਹੁਣ ਅਸੀਂ ਬਸ ਕਰਕੇ ਸਟਾਰਟ ਵਹੀਕਲ ਨੂੰ ਲੰਘ ਜਾਵਾਂਗੇ, ਫਿਰ ਰਸਤੇ ਵਿੱਚ ਜੋ ਜੋ ਵੀਡੀਓ ਹੋਊਗੀ ਅਤੇ ਬਣਾਉਂਦੇ ਰਹਾਂਗੇ। ਗਰਮੀ ਬਹੁਤ, ਗਰਮੀ ਦੇ ਕਾਰਨ ਮੋਟਰਸਾਈਕਲ ਦੀ ਸੀਟ ਬਹੁਤ ਜ਼ਿਆਦਾ ਗਰਮ ਸੀ। ਮਨਿੰਦਰ ਕਹਿੰਦਾ ਵੀ ਇਹਨੂੰ ਠੰਡਾ ਠੰਡਾ ਕਰ ਲਓ। ਮੈਂ ਕਿਹਾ ਵੀ ਚਲੋ ਚੱਲ ਕੇ ਆਪੇ ਠੰਡਾ ਹੋ ਜਾਊਗਾ, ਥੋੜ੍ਹਾ ਜਿਹਾ ਦੂਰ ਜਾਵਾਂਗੇ। ਸਾਨੂੰ ਐਂ ਸੀ ਵੀ ਚਲੋ ਵੀ ਰਸਤੇ ਦੇ ਵਿੱਚ ਰਸ ਨਹੀਂ ਹੋਊਗਾ, ਫਿਰ ਵੀ ਸਾਨੂੰ ਜਲੰਧਰ ਤੱਕ ਤਾਂ ਰਿਹਾ ਠੀਕ। ਜਲੰਧਰ ਤੋਂ ਥੋੜ੍ਹਾ ਜਿਹਾ ਲੰਘ ਕੇ ਥੋੜ੍ਹਾ ਜਿਹੀ ਦਿੱਕਤ ਆਈ ਹੈ ਰਸਤੇ 'ਚ, ਅਤੇ ਸਾਡੇ ਤੋਂ ਵੀਡੀਓ ਤਾਂ ਨਹੀਂ ਬਣਾਈ ਹੋਈ ਕਿਉਂਕਿ ਰਸਤੇ ਆਦੇ ਹੋਣ ਕਾਰਨ। ਜਿੰਨੀ ਕਿਸੇ ਤੋਂ ਵੀਡੀਓ ਸ਼ੂਟ ਹੋਈ ਅਸੀਂ ਕੀਤੀ, ਅਤੇ ਮਨਿੰਦਰ ਥੋੜ੍ਹੀ ਜਿਹੀ ਵੀਡੀਓ ਘੱਟ ਬਣਾ ਕੇ ਰਾਜੀ ਆ, ਪਤਾ ਨਹੀਂ ਕੀ ਗੱਲ ਆ। ਮੈਂ ਹੀ ਕਿਹਾ ਜਿੰਨੀ ਵਾਰੀ ਵੀ ਕਿਹਾ ਵੀ ਵੀਡੀਓ ਬਣਾ ਵੀ ਆਪਾਂ ਚੱਲਦੇ ਹਾਂ। ਅਤੇ ਬੈਗ ਦੇ ਵਿੱਚ ਸਾਡੇ ਖਾਣ ਵਾਲਾ ਸਮਾਨ ਜੋ ਬੱਚਿਆਂ ਦਾ ਲਿਆ, ਬੱਚਿਆਂ ਵਾਸਤੇ ਲਿਆ ਸੀ, ਗੁਰਸਿਮਰ ਨੇ ਸਪੈਸ਼ਲ ਕਹਿ ਕੇ ਭੇਜਿਆ ਸੀ ਮੈਨੂੰ ਪੈਕ ਲੰਚ ਲੈ ਕੇ। ਉਹਦੇ ਵਿੱਚ ਦੋ ਪੂਰੀਆਂ ਹੁੰਦੀਆਂ ਨੇ, ਅਤੇ ਦੋ ਪੂਰੀਆਂ ਨਿਕਲੀਆਂ ਸੀ, ਤਿੰਨ ਪੂਰੀਆਂ, ਤਿੰਨ ਪੂਰੀਆਂ ਸੀ, ਅਤੇ ਬਾਕੀ ਅਚਾਰ ਹੁੰਦਾ ਬਹੁਤ ਹੀ ਟੇਸਟੀ। ਬਰਗਰ ਕਹਿੰਦਾ ਮੈਨੂੰ ਇੱਕ ਬਰਗਰ ਲੈ ਕੇ ਆਏ, ਉਹ ਸਾਰਾ ਲੈ ਕੇ ਸਮਾਨ ਅਸੀਂ ਪੈਕ ਕਰਕੇ ਹੁਣ ਬਸ ਤੁਰਦੇ ਸੀ ਇੱਥੋਂ। ਅੱਗੇ ਜਾ ਕੇ ਉਹੀ ਟੋਕਨ ਜਿੱਥੋਂ ਅਸੀਂ ਲੈਂਦੇ ਹਾਂ ਨਾ ਟੋਕਨ ਜਦੋਂ ਖੜਾਉਂਦੇ ਹਾਂ ਮੋਟਰਸਾਈਕਲ, ਅਤੇ ਉੱਥੇ ਜਾ ਕੇ ਟੋਕਨ ਦਿਖਾਉਣਾ ਪੈਂਦਾ। ਟੋਕਨ ਦਿਖਾ ਕੇ ਫਿਰ ਉਹ ਆਪਾਂ ਨੂੰ ਪਾਸ ਕਰਦੇ ਨੇ ਵੀ ਹਾਂ ਇੱਕ ਟੋਕਨ ਵਹੀਕਲ 'ਤੇ ਲੱਗਿਆ ਹੁੰਦਾ, ਇੱਕ ਟੋਕਨ ਆਪਣੇ ਕੋਲ ਹੁੰਦਾ, ਆਪਣਾ ਨਾਂ ਲਿਖਿਆ ਹੁੰਦਾ। ਉਹ ਚੈੱਕ ਕਰਕੇ ਦੇਖ ਕੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਜਾਓ, ਹੁਣ ਅੱਗੇ ਆਉਣਗੇ। ਬਸ ਅਸੀਂ ਸਾਡਾ ਪਾਸ ਹੋ ਗਿਆ ਸੀ ਟੋਕਨ ਕਰਕੇ, ਅਸੀਂ ਪਾਸ ਹੁਣ ਅਸੀਂ ਬਾਹਰ ਆ ਗਏ ਡੇਰੇ ਤੋਂ। ਇੱਥੇ ਹਰਿਆਲੀ ਬਹੁਤ ਜ਼ਿਆਦਾ ਹੁੰਦੀ ਆ ਡੇਰੇ ਵਿੱਚ, ਬਹੁਤ ਜ਼ਿਆਦਾ, ਜੇ ਇਕੱਠ ਵੀ ਜ਼ਿਆਦਾ ਆ ਤਾਂ ਗ੍ਰੀਨਰੀ ਵੀ ਬਹੁਤ ਜ਼ਿਆਦਾ ਲਵਾਈ ਆ, ਇਸ ਕਰਕੇ ਇੱਥੇ ਰਹਿਣ ਨੂੰ ਯਾਨੀ ਘੁੰਮਣ ਨੂੰ ਵਾਸਤੇ ਬਹੁਤ ਜਾਂਦੇ ਨੇ। ਵੀ ਦੇਖ ਕੇ ਆਉਂਦੇ, ਸਫਾਈ ਵਗੈਰਾ ਬਹੁਤ ਜ਼ਿਆਦਾ ਆ, ਸਾਰੀ ਪਾਰਕਿੰਗ ਆ, ਸਾਰੀ ਫੁੱਲ ਸੀ। ਹੁਣ ਤਾਂ ਮੇਰੇ ਖਿਆਲ ਦੇ ਵਿੱਚ ਗੱਡੀ ਕੋਈ ਕੋਈ ਰਹਿ ਗਈ, ਟੋਟਲੀ ਇਹ ਫੁੱਲ ਹੁੰਦੀ ਆ। ਅਤੇ ਐਕਸਟਰਾ ਪਹਿਲਾਂ ਬਣਾ ਕੇ ਰੱਖਦੇ ਨੇ ਜਗ੍ਹਾ, ਆਮ ਤੌਰ 'ਤੇ ਜਗ੍ਹਾ 'ਤੇ ਜਾਂਦੇ ਹਾਂ ਵੀ ਆਪਾਂ ਬਾਅਦ ਵਿੱਚ ਸੋਚਦੇ ਹਾਂ, ਇੱਥੇ ਸੰਗਤ ਬਾਰੇ ਪਹਿਲਾਂ ਸੋਚਿਆ ਜਾਂਦਾ ਵੀ ਬਾਅਦ 'ਚ ਇੰਨੇ 2 ਸਾਲ ਬਾਅਦ ਜਾਂ 4 ਸਾਲ ਬਾਅਦ ਇੰਨੀ ਸੰਗਤ ਵੱਧ ਜਾਣੀ ਆ। ਆਹ ਪਾਰਕਿੰਗ ਪਹਿਲਾਂ ਹੀ ਬਣਾ ਕੇ ਰੱਖ ਰੱਖੀ ਹੈ ਇੱਥੇ ਪ੍ਰਬੰਧਕਾਂ ਨੇ, ਬਹੁਤ ਹੀ ਜ਼ਿਆਦਾ ਪ੍ਰਬੰਧ ਹੈ। ਬਾਕੀ ਹੁਣ ਜਦੋਂ ਵੀਡੀਓ ਬਣਾਉਂਦੇ ਹਾਂ ਫੋਨ, ਥੋੜ੍ਹਾ ਸਪੀਡ ਜ਼ਿਆਦਾ ਸੀ ਬਾਈਕ ਦੀ, ਥੋੜ੍ਹਾ ਜਿਹਾ ਕੈਮਰਾ ਬਲਰ ਹੋ ਜਾਂਦਾ। ਇਹ ਫਾਰਮ ਹੈ ਇੱਥੇ ਗੁਰਦਾਸਪੁਰ ਫਾਰਮ, ਇੱਥੇ ਕਈ ਵਾਰ ਅਸੀਂ ਸੇਵਾ ਕਰਨ ਆਉਂਦੇ ਹਾਂ। ਚਲੋ ਜੀ ਇਹ ਵੀਡੀਓ ਹੁਣ ਚੱਲੀ ਜਾਊਗੀ, ਅੱਗੇ ਜਾ ਕੇ ਜਿੰਨੀ ਸ਼ੂਟ ਹੋਊਗੀ ਅਸੀਂ ਕਰ ਸਕਦੇ ਹਾਂ। ਆ ਗਏ ਨੇ ਸਰਦਾਰ ਜੀ, ਦੇਖੋ ਤੇ ਪਹੁੰਚ ਗਏ ਨੇ ਸਰਦਾਰ ਜੀ ਘਰ, ਤੇ ਹੁਣ ਇਹਨਾਂ ਦਿੰਦੇ ਆ ਪਹਿਲਾਂ ਤਾਂ ਪਾਣੀ ਵਗੈਰਾ। ਤੇ ਬਹੁਤ ਦੂਰ ਦਾ ਸਫ਼ਰ ਸੀ, 5 ਘੰਟੇ ਲੱਗ ਜਾਂਦੇ ਨੇ ਜਾਣ ਨੂੰ।
ਤੇ ਸਵੇਰ ਦੇ ਗਏ ਹੋਏ ਸੀ, ਸੁਬਾ ਦੇ ਸਵੇਰ ਦੇ 2 ਵਜੇ ਦੇ ਗਏ ਹੋਏ ਸੀ ਤੇ ਸ਼ਾਮ ਨੂੰ ਵਾਪਸ ਆਏ ਨੇ। ਤੇ ਲੋ ਜੀ ਪਹੁੰਚ ਗਏ ਸਰਦਾਰ ਜੀ, ਤੇ ਤੁਹਾਡੇ ਨਾਲ ਹੁਣ ਅੰਦਰ ਜਾ ਕੇ ਗੱਲ ਕਰਦੇ ਆ। ਸਰਦਾਰ ਜੀ ਪਹੁੰਚ ਗਏ ਨੇ ਘਰ, ਸਵੇਰੇ 2 ਵਜੇ ਇੱਥੋਂ ਤੁਰੇ ਸੀ, 3 ਵਜੇ ਤੁਰੇ ਸੀ, ਹੈ ਨਾ, 3:15 ਵਜੇ ਤੁਰੇ ਸੀ ਤੇ 7 ਵਜੇ ਬਿਆਸ ਪਹੁੰਚ ਗਏ ਸੀ। ਤੇ ਨਾਲੇ ਬਾਬਾ ਜੀ ਦਾ ਸਤਸੰਗ ਸੁਣਿਆ, ਨਾਲੇ ਬਾਬਾ ਜੀ ਦੇ ਦਰਸ਼ਨ ਕਰੇ, ਨਾਲੇ ਸੰਗਤ ਦਾ ਦਰਸ਼ਨ ਕਰੇ ਤੇ ਹੁਣ 6 ਵਜੇ ਘਰ ਆ ਗਏ ਨੇ। ਤੇ 5 ਘੰਟੇ ਦਾ ਰਸਤਾ ਹੋਊਗਾ ਨਾ ਜੀ, ਜਾਂਦੇ ਨਾ 4.25 ਘੰਟੇ ਦਾ, ਜਾਂਦੇ ਆਉਂਦੇ ਹੋਏ 4:30 ਘੰਟੇ ਇੱਧਰ ਰਾਤ ਆਪਣੀ ਕੋਈ ਨਾ ਵੀ ਆਪਣੀ ਜਾਂਦੇ ਹੋਏ ਤਾਂ ਕਹਿੰਦੇ ਪੌਣੇ ਚਾਰ ਘੰਟੇ ਲੱਗੇ ਸੀ ਤੇ ਆਉਣ ਵੇਲੇ ਲੱਗੇ ਨੇ 4.5 ਘੰਟੇ। ਤੇ ਗਏ ਸੀ ਇਹ ਬਾਈਕ ਦੇ ਉੱਤੇ, ਨਾਲ ਗਿਆ ਸੀ ਮਨਿੰਦਰ ਵੱਡਾ ਬੇਟਾ ਤੇ ਨਾਲ ਗਏ ਸੀ ਸਰਦਾਰ ਜੀ। ਤੇ ਦੇਖਦੇ ਆ ਹੁਣ ਅਗਲੇ ਭੰਡਾਰੇ ਤੇ ਮੈਂ ਤੇ ਸਿਮੋ ਦੀ ਜਾਣ ਦੀ ਸਲਾਹ ਆ ਜੇ ਲੈ ਕੇ ਜਾਣਗੇ ਸਰਦਾਰ ਜੀ। ਤੇ ਬਾਕੀ ਜਾਵਾਂਗੇ, ਸਿਮੋ ਨੇ ਜੋ ਸਮਾਨ ਮੰਗਾਇਆ ਸੀ ਖਾਣ ਪੀਣ ਨੂੰ ਉਹ ਤੁਹਾਨੂੰ ਦਿਖਾਉਂਦੇ ਹਾਂ। ਇੱਕ ਦਾ ਮੰਗਾਇਆ ਸੀ ਬਿਸਕੁਟਾਂ ਦਾ ਪੈਕੇਟ, ਪਾਰਲੇ ਜੀ ਦਾ ਬਹੁਤ ਖਾਂਦਾ ਹੈ ਚਾਹ ਨਾਲ, ਵਧੀਆ ਲੱਗਦੇ ਨੇ ਇਹਨੂੰ। ਇਹ ਹੋ ਗਏ ਨਮਕ ਵਾਲੇ ਪੈਕੇਟ, ਭਿੰਡੀਆਂ ਹੋਣਗੀਆਂ। ਇਹ ਹੋ ਗਏ ਭੁਜੀ ਵਾਲੇ ਪੈਕੇਟ, ਤੁਹਾਨੂੰ ਦਿਖਾਉਂਦੇ ਹਾਂ ਕੀ ਕੀ ਸਮਾਨ ਲੈ ਕੇ ਆਏ ਸਰਕਾਰ ਜੀ। ਇਹ ਖੁੱਲ ਗਏ ਲੱਡੂ ਸਾਰੇ ਫੁੱਟ ਗਏ, ਮੈਂ ਕਹਿੰਦੀ ਵਿੱਚ ਫੁੱਟ ਗਏ ਹੋਣਗੇ। ਹਾਂ ਹਾਂ ਇਹ ਹੋ ਗਏ ਰਸਾ ਦੇ ਪੈਕੇਟ, ਨਮਕੀਨ ਲੱਗੇ, ਕੋਕੋ ਕੋਲਾ ਦੀ ਨਕਲੀ ਡਰਿੰਕ ਆ। ਇਹ ਹੋ ਗਏ ਲੱਡੂ, ਇੱਕ ਵਾਰ ਦੇ ਉਹ ਤਾਂ ਮੜਾ ਮੈਨੂੰ ਉਹ ਥਾਰ ਲਿਆ ਦੇ ਦਿਓ, ਇਹ ਮੇਰੇ ਨਾਲ ਸਿੰਧੂ ਦਾ ਬਰਗਰ ਹੈ, ਇਹਦੇ ਵਿੱਚ ਦੋ ਬਰਗਰ ਨੇ, ਸੁੱਡਾ ਵੀ ਹੈ ਸਿੰਮੂ ਦਾ ਵੀ ਹੈ। ਆ ਹੋ ਗਿਆ ਸਿੰਮੂ ਦਾ ਬਰਗਰ, ਦੋ ਬਰਗਰ ਨੇ। ਮੈਂ ਨਹੀਂ, ਬਰਗਰ ਕਿੰਨੇ ਰੁਪਏ ਦਾ ਹੁੰਦਾ ਹੈਗਾ? ਬਾਹ ਰੇਡੀਓ ਚ ਉਹ ਦਿੰਦੇ ਕਰ ਹੈ ਰੇਡੀ, ਬਰਗਰ ਕਿੰਨੇ ਰੁਪਏ ਦਾ ਹੁੰਦਾ ਦਾ ਕੱਢ ਲੈ ਤੁਹਾਨੂੰ ਪਤਾ ਉਹ ਸੁਣ ਤੁਸੀਂ ਦਾ ਹੈ ਗਿਆ ਪੰਜਾਬ ਨੂੰ ਪਤਾ ਹੋਣਾ ਚਾਹੀਦਾ। ਇਹ ਜਾਂ ਵਰਗੇ ਨੂੰ ਤਰਾ ਦਾ 50-60 ਰੁਪਏ ਮਿਲਦਾ ਨਾ ਆਪਣੇ, ਨਾ ਤਾਂ ਨਹੀਂ ਆਉਂਦਾ 20 ਰੁਪਏ ਆਉ ਆਪਣੇ ਇੱਥੇ 50-60 ਰੁਪਏ ਮਿਲਦਾ। ਹਾਂ 25 ਦਾ 25 ਰੁਪਏ ਦਾ ਪੈਕਟ ਸਕਾ ਲਈ ਟਿੱਕੀ ਕਲੀ ਟਿੱਕੀ ਉਹ ਜਿਹੜਾ ਸਾਥ ਇਹ ਉਹ ਵੀ ਠੰਡੇ ਦੀਆਂ ਬੋਤਲਾਂ ਹੁੰਦੀਆਂ ਨੇ, ਫਰੂਟੀ ਬ੍ਰੈਡ ਆ ਗਏ, ਇਹ ਬ੍ਰੈਡ ਬਹੁਤ ਟੇਸਟੀ ਹੁੰਦੇ ਨੇ। ਅਜਾ ਤੱਕਾ ਬਾਕੀ ਕਰਦੇ ਇੱਕ ਪਾਸੇ ਲੈ ਲਈ ਸਾਰੇ। ਇਹ ਬਾਜੇ ਦਾ ਮਤਲਬ ਕਾਹਦੇ ਰੱਖਿਆ ਹੋਇਆ ਤੁਸੀਂ? ਮੈਨੂੰ ਤਾਂ ਮੇਰੇ ਮੇਰੇ ਮੋਢੇ ਤੇ ਬੈਗ, ਮੇਰੇ ਮੂਰ ਦੇ ਮੂਰੇ ਆ ਸੀਗਾ, ਆ ਚੱਕ ਪੈ ਗਿਆ। ਇਹ ਹੋ ਗਿਆ ਪੈਕ ਲੰਚ, ਫਿਰ ਬਹੁਤ ਟੇਸਟੀ ਹੁੰਦੀ ਆ ਨਹੀਂ, ਚਾਰ ਪੂਰੀਆਂ ਹੁੰਦੀਆਂ ਨੇ ਇਹਦੇ ਵਿੱਚ ਤੇ ਨਾਲ ਅਚਾਰ ਹੁੰਦਾ, ਅਚਾਰ ਦੀ ਪੂਰੀ ਲੱਗ ਰਹੀ ਹੈ। ਨਿੰਬੂ ਦਾ ਅਚਾਰ ਬਹੁਤ ਜ਼ਿਆਦਾ ਟੇਸਟੀ ਹੁੰਦਾ, ਇਦਾਂ ਦਾ ਅਚਾਰ ਕਿਤੇ ਨਹੀਂ ਮਿਲਦਾ ਹੈਗਾ, ਉੱਥੇ ਮਿਲੂਗਾ ਦੇ ਦਿੰਦੇ। ਤੇ 2 ਹੈਗੇ ਨੇ ਪੈਕ ਲੰਚ, ਤੇ ਫਰੂਟੀ ਬ੍ਰੈਡ ਹੋ ਗਈ ਇਹ 5, ਦੋ ਪਾਈ ਮੇਰੇ ਜਾ ਰਹੇ ਹਾਂ, ਇੱਕ ਹੀ ਹੋਈ ਮਨਿੰਦਰ ਨੇ ਖਾ ਲਿਆ ਸੀ। ਹਾਂ ਮੈਂ ਖਾ ਲਿਆ ਸੀ ਬੇਟ ਜੀ ਨੇ ਉਹ ਮੁੰਡੇ ਨਾਲ, ਹਜੋ ਤੇ ਆਕਸ਼ਨ ਦੇ ਮੁੰਡੇ ਮਿਲ ਗਏ ਸੀ। ਹੋਰ ਇਹਨਾਂ ਨੂੰ ਬੁਲਾ ਲਿਆ, ਹੋਰ ਜੇ ਚੈਕਿੰਗ ਹੁੰਦੀ ਸੀ ਉਹਦੇ ਵਿੱਚ ਆ ਜਿਹੜੇ ਨੇ ਰਾਸ਼ਨ, ਜਿਹੜੇ ਲੱਡੂ ਨੇ ਨਾ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ, ਦੇਸੀ ਘਿਓ ਦੇ ਬਣੇ ਹੁੰਦੇ ਨੇ ਲੱਡੂ ਸਪੈਸ਼ਲ। ਤੇ ਇਹ ਹੋ ਗਏ 2 ਪੈਕ ਲੰਚ, ਆ ਹੋ ਗਿਆ ਸਿਮਰਨ ਦਾ ਬਰਗਰ, ਇੱਕ ਬਰਗਰ ਮਨਿੰਦਰ ਕਹਿੰਦਾ ਰਸਤੇ 'ਚ ਖਾ ਲਿਆ ਸੀ ਭੁੱਖ ਲੱਗੀ ਸੀ। ਤੇ ਇਹ ਸਮਾਨ ਲੈ ਕੇ ਆਏ ਸਰਦਾਰ ਜੀ, ਆਪਣੇ ਪਿੰਡ ਦੇ ਮੁੰਡੇ ਮਿਲ ਗਏ ਇੱਥੇ ਕਿੱਥੇ ਉੱਥੇ ਦਾ ਸਿੰਗਰ ਤੇ ਮੇਰੇ ਆ ਕੇ ਮੈਨੂੰ ਬੁਲਾਇਆ, ਫਿਰ ਉਹ ਸਾਡੇ ਨਾਲ ਗਏ। ਅੱਛਾ ਇੱਕ ਮਿਲਿਆ ਸੀ ਸਿਲੈਂਡਰ ਤੋਂ, ਉਹਨੂੰ ਮੈਂ ਭਰਨਾ ਦਿੱਤਾ ਰੈਡ ਜਿਹਾ ਆਪਣਾ, ਉਹ ਸਮਾਨ ਪਾਉਣ ਨੂੰ ਉਹ ਤਾਂ ਹੈ ਨਹੀਂ ਸੀ ਕੁਛ। ਠੀਕ ਹੈ ਠੀਕ ਹੈ, ਤੇ ਕਿੱਦਾਂ ਬਾਬਾ ਜੀ ਦੇ ਦਰਸ਼ਨ ਵਧੀਆ ਹੋ ਗਏ? ਤੇਰੇ ਮਨਿੰਦਰ ਸਾਸਾ ਵਧੀਆ ਸੁਣਿਆ? ਸਮਝ ਹੈ ਨਹੀਂ ਨਾ ਆਉਂਦੀ ਜੀ, ਉਹ ਫਿਰ ਸਵੇਰ ਦਾ ਖਾਦੀ ਰਹਿੰਦਾ ਸੀ, ਉਹ ਨਹੀਂ ਸੌਂਦਾ ਇਹ ਨਹੀਂ ਆਉਂਦਾ। ਚਲੋ ਜੀ ਹੁਣ ਮੈਂ ਬਣਾਉਂਦੀ ਹਾਂ ਸਬਜ਼ੀ ਵਗੈਰਾ, ਤੇ ਸਰਦਾਰ ਜੀ ਨੂੰ ਪਾਣੀ ਵਗੈਰਾ ਪਾਉਂਦੀ ਹਾਂ ਨਹਾਉਣ ਵਾਸਤੇ।
ਤੇ ਅੱਜ ਦੀ ਵੀਡੀਓ ਕਰਦੇ ਆ ਆਪਾਂ ਕਿ ਸਮਾਪਤ। ਜੋ ਵੀ ਸਰਦਾਰ ਜੀ ਰਸਤੇ ਦੇ ਵਿੱਚ ਗਏ ਨੇ ਗੁਰੂ ਸਾਰੀ ਉਹ ਤੁਹਾਨੂੰ ਸ਼ੇਅਰ ਕਰਾਂਗੇ ਦਿਖਾਵਾਂਗੇ ਜਿੰਨੀ ਦੂਰੀ ਹੋਈ ਹੈ ਕਿੱਥੇ ਕਿੱਥੇ ਖੜੇ ਸੀ ਤੁਸੀਂ ਤੁਹਾਨੂੰ ਸ਼ੇਅਰ ਕਰਾਂਗੇ। ਤੇ ਚਲੋ ਜੀ ਅੱਜ ਦੀ ਵੀਡੀਓ ਕਰਦੇ ਆ ਫਿਰ ਸਮਾਪਤ ਮਿਲਦੇ ਇੱਕ ਹੋਰ ਵੀਡੀਓ ਨਾਲ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ। ਨੋਟੀਫਿਕੇਸ਼ਨ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੇ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦੇਖਣ ਨੂੰ ਮਿਲੇ। ਤੇ ਚਲੋ ਜੀ ਫਿਰ ਜੇ ਕੱਲ੍ਹ ਇੱਕ ਹੋਰ ਵੀਡੀਓ ਆ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।